ਕੀ ਨਾਮ ਆ ਤੁਹਾਡਾ ਔਰ ਕੀ ਸਮੱਸਿਆ ਆ ਰਹੀ ਹੈ? ਮੇਰਾ ਨਾਮ ਲਖਵੀਰ ਸਿੰਘ ਹੈ ਜੀ, ਮੈਂ ਇੱਥੇ ਡਿਪੂ ਪ੍ਰਧਾਨ ਹਾਂ ਮੁਕਤਸਰ ਡਿਪੂ ਤੋਂ। ਇਹ ਸਮੱਸਿਆ ਜੀ ਪਾਣੀ ਦੀ ਇਕੱਲੀ ਬਾਰਿਸ਼ਾਂ ਦੌਰਾਨ ਨਹੀਂ, ਇਹ ਵੈਸੇ ਵੀ ਆ ਜਿਹੜੀ ਜਗ੍ਹਾ ਤੁਸੀਂ ਦੇਖ ਰਹੇ ਹੋ ਇਹਦੇ ਵਿੱਚ ਕੋਈ ਸੀਵਰੇਜ ਸਿਸਟਮ ਨਹੀਂ ਚੱਲਦਾ ਗਾ, ਨਾ ਹੀ ਕਿ ਪਾਣੀ ਦਾ ਨਿਕਾਸ ਹੈ ਇੱਥੋਂ ਦਿੱਤਾ ਗਿਆ। ਇਹ ਹਰ ਰੋਜ਼ ਹੀ ਡੇਲੀ ਦਾ ਇਹ ਕੰਮ ਆ। ਅੱਜ ਤਾਂ ਬਾਰਿਸ਼ ਕਰਕੇ ਆਪਾਂ ਕਹਿ ਦਿੰਦੇ ਹਾਂ ਪਾਣੀ, ਤਿੰਨੇ ਗੇਟ ਬੰਦ ਪਏ ਆ ਜਿੱਥੋਂ ਬੱਸਾਂ ਐਂਟਰ ਹੁੰਦੀਆਂ ਨਿਕਲਦੀਆਂ, ਔਰ ਆ ਮਿੰਨੀ ਵਾਲਾ ਗੇਟ ਆ ਬੱਸ ਸਟੈਂਡ ਦੇ ਵਿੱਚ। ਜੇ ਕਹੀਏ ਵੀ ਨਾ ਤਾਂ ਵੜਨ ਨੂੰ ਜਗ੍ਹਾ ਅਤੇ ਨਾ ਨਿਕਲਣ ਨੂੰ, ਲੋਕ ਆ ਜਿਹੜੇ ਉਹ ਆਪਦਾ ਕੋਈ ਆਟੋ ਲੈ ਕੇ ਜਾਂ ਕੋਈ ਕਾਰਾਂ ਲੈ ਕੇ ਐਂਟਰ ਕਰ ਸਕਦੇ ਆ ਬੱਸ ਸਟੈਂਡ ਦੇ ਵਿੱਚ। ਪੈਸੰਜਰਾਂ ਦਾ ਆਉਣਾ ਹੀ ਮੁਸ਼ਕਲ ਆ, ਆ ਨਹੀਂ ਸਕਦੇ, ਜੇ ਆਉਂਦੇ ਆ ਤਾਂ ਗੋਡਿਆਂ ਤੱਕ ਪਹੁੰਚੇ ਚੜਾ ਚੜਾ ਕੇ ਆਉਂਦੇ ਆ। ਸੋ ਇਹਦੇ ਵੱਲ ਕੋਈ ਵੀ ਧਿਆਨ ਨਹੀਂ ਦਿੰਦਾ। ਨਗਰ ਕੌਂਸਲ ਦੇ ਵੀ ਬਹੁਤ ਵਾਰ ਧਿਆਨ 'ਚ ਲਿਆ ਚੁੱਕੇ ਹਾਂ, ਜਿਹੜਾ ਅੱਡਾ ਇਹ ਬੱਸ ਸਟੈਂਡ ਆ ਇਹ ਠੇਕੇਦਾਰ ਦੇ ਅੰਡਰ ਹੈ ਜੀ। ਠੇਕੇਦਾਰ ਨੂੰ ਬਹੁਤ ਵਾਰੀ ਕਿਹਾ, ਇਹਨਾਂ ਨੂੰ ਕਿਹਾ ਵੀ ਪਾਣੀ ਦਾ ਜਿਹੜਾ ਇਹਦਾ ਨਿਕਾਸ ਕਰਾਇਆ ਜਾਵੇ, ਪਰ ਵਾਰ ਵਾਰ ਕਹਿਣ ਦੇ ਬਾਵਜੂਦ ਇਹ ਹਾਲਾਤ ਆ ਜਿਹੜੇ ਜਿਉਂ ਦੀ ਤਿਉਂ ਆ। ਜਦੋਂ ਕੋਈ ਬਾਰਿਸ਼ ਹੁੰਦੀ ਆ ਤਾਂ ਇਹ 10-10, 15-15 ਦਿਨ ਜਿਹੜੇ ਲੋਕਾਂ ਦਾ ਅੱਡੇ ਦੇ ਵਿੱਚੋਂ ਬਾਹਰ ਨਿਕਲਣਾ ਅਤੇ ਅੰਦਰ ਆਉਣਾ ਵੀ ਬਹੁਤ ਮੁਸ਼ਕਲ ਹੋ ਜਾਂਦਾ। ਸਮਾਂ ਹੋ ਗਿਆ ਇਸ ਨੂੰ ਇਸੇ ਤਰ੍ਹਾਂ ਪਾਣੀ ਖੜਦਿਆਂ ਨੂੰ? ਮੈਂ ਤੁਹਾਨੂੰ ਦੱਸ ਰਿਹਾ ਜੀ, ਇਹ ਬਾਰਿਸ਼ ਦਾ ਤਾਂ ਹੁੰਦਾ ਹੀ ਹੁੰਦਾ, ਇਹਦਾ ਪਾਣੀ ਦਾ ਨਿਕਾਸ ਹੀ ਹੈ ਨਹੀਂ ਜੀ। ਅੱਛਾ, ਸੀਵਰੇਜ ਦਾ ਵੀ ਖੜ ਜਾਂਦਾ? ਸੀਵਰੇਜ ਦਾ ਜਿਹੜਾ ਪਾਣੀ ਹੈ ਨਾ, ਸ਼ਹਿਰ ਦਾ ਪਾਣੀ ਜਿਹੜਾ ਰੋਜ਼ਮਰ੍ਹਾ ਦੇ ਵਿੱਚ ਆਉਂਦਾ ਜਿਹੜਾ, ਉਹ ਵੀ ਪਾਣੀ ਬੈਕ ਆ ਜਾਂਦਾ ਅਤੇ ਉਹ ਅੱਡੇ ਜਿਹੜੇ ਗੇਟ ਆ ਜਿੱਥੋਂ ਸਵਾਰੀਆਂ ਨੇ ਇੰਟਰ ਹੋਣਾ ਲੋਕਾਂ ਨੇ, ਉਹ ਉੱਥੇ ਕਾਲਾ ਪਾਣੀ ਆ ਜਾਂਦਾ। ਆਹ ਤਾਂ ਚਲੋ ਆਪਾਂ ਫਿਰ ਵੀ ਪਾਣੀ ਮੀਂਹ ਦਾ ਬਾਰਿਸ਼ ਦਾ ਆਪਾਂ ਕਹਿ ਦਈਏ ਵੀ ਸਾਫ਼ ਹੋ ਗਿਆ, ਲੋਕਾਂ ਨੂੰ ਲੰਘਣ ਦੇ ਵਿੱਚ ਬਹੁਤ ਪਰੇਸ਼ਾਨੀ ਆ ਰਹੀ ਆ। ਇਹ ਵਾਰ ਵਾਰ ਜਿਹੜੇ ਇਲਾਕੇ ਦੇ MLA ਆ, ਸਾਡਾ ਇਤਿਹਾਸਕ ਸ਼ਹਿਰ ਹੈ ਜੀ ਮੁਕਤਸਰ ਸਾਹਿਬ, ਇਹ ਲੋਕ ਬੜੀ ਸ਼ਰਧਾ ਨਾਲ ਦੂਰੋਂ ਦੂਰੋਂ ਆਉਂਦੇ ਆ ਇੱਥੇ ਨਤਮਸਤਕ ਹੋਣ ਲਈ, ਪਰ ਜਦੋਂ ਆਉਂਦਿਆਂ ਨੂੰ ਬੱਸ ਸਟੈਂਡ ਦੇ ਵਿੱਚ ਉਤਰਦੇ ਤਾਂ ਬਹੁਤ ਯਾਨੀ ਕਿ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ, ਤੁਸੀਂ ਦੇਖ ਰਹੇ ਹੋ ਇਹਦਾ ਹਾਲਾਤ ਕੀ ਆ। ਸੋ ਇਹਦੇ ਬਾਰੇ ਮੈਂ ਪ੍ਰਸ਼ਾਸਨ ਨੂੰ ਬੇਨਤੀ ਕਰਦਾ, ਠੇਕੇਦਾਰ ਨੂੰ ਵੀ ਬੇਨਤੀ ਆ ਅਤੇ ਨਗਰ ਕੌਂਸਲ ਦੇ ਜਿਹੜੇ ਪ੍ਰਧਾਨ ਆ ਉਹਨਾਂ ਅੱਗੇ ਬੇਨਤੀ ਹੈ ਵੀ ਜਲਦੀ ਤੋਂ ਜਲਦੀ ਇਹ ਸਮੱਸਿਆ ਦਾ ਜਿਹੜਾ ਹੱਲ ਕੀਤਾ ਜਾਵੇ ਅਤੇ ਪਾਣੀ ਦਾ ਨਿਕਾਸ ਆ ਜਿਹੜਾ ਉਹਨੂੰ ਦਰੁਸਤ ਕਰਵਾਇਆ ਜਾਵੇ। ਕੀ ਨਾਮ ਆ ਤੁਹਾਡਾ? ਮੇਰਾ ਨਾਮ ਦਰਵਿੰਦਰ ਸਿੰਘ ਹੈ ਜੀ। ਹਾਂ, ਕੀ ਸਮੱਸਿਆ ਆ ਰਹੀ ਹੈ? ਸਮੱਸਿਆ ਇਹ ਆ ਰਹੀ ਹੈ ਜੀ ਵੀ ਇੱਥੇ ਜਦੋਂ ਮੀਂਹ ਪੈਂਦਾ ਅਕਸਰ ਹੀ ਪਾਣੀ ਖੜ੍ਹ ਜਾਂਦਾ, ਉਸਦੀ ਵਜ੍ਹਾ ਇਹ ਆ ਵੀ ਜਿਹੜੇ ਸੀਵਰੇਜ ਆ, ਸੀਵਰੇਜ ਉੱਚਾ ਬੱਸ ਸਟੈਂਡ ਦੇ ਵਿੱਚ ਜਿਹੜੀ ਪੈਪ ਜਾਂਦੀ ਆ ਉਹ ਸੀਵਰੇਜ ਉੱਚਾ ਹੋਣ ਕਰਕੇ ਉਹਦਾ ਪਾਣੀ ਜਿਹੜਾ ਪੈਂਦਾ ਨਹੀਂ, ਇੱਕ ਜਿਹੜਾ ਸੀਵਰੇਜ ਆ ਉਹ ਹੀ ਜ਼ਿਆਦਾ ਭਰਿਆ ਹੋਇਆ, ਉਹਦਾ ਪਾਣੀ ਵੀ ਵਾਪਸ ਆ ਜਾਂਦਾ। ਇਹ ਅੱਜ ਤਾਂ ਬਾਰਿਸ਼ ਕਰਕੇ ਪਾਣੀ ਖੜ੍ਹਾ, ਪਰੰਤੂ ਅੱਗੇ ਪਿੱਛੇ ਵੀ ਜਿਹੜਾ ਸੀਵਰੇਜ ਦਾ ਪਾਣੀ ਹੁੰਦਾ ਉਹ ਵੀ ਵਾਪਸ ਬੱਸ ਸਟੈਂਡ ਦੇ ਵਿੱਚ ਆਉਣਾ ਆ ਜਾਂਦਾ। ਹੁਣ ਸਾਡੇ ਵੱਲੋਂ, ਮੈਂ ਬਤੌਰ ਇੱਥੇ SS ਹਾਂ, ਸਾਡੇ ਵੱਲੋਂ ਰੋਡਵੇਜ਼ ਵੱਲੋਂ 26-27 ਲੱਖ ਰੁਪਏ ਦਾ ਜਿਹੜਾ ਐਸਟੀਮੇਟ ਬਣ ਕੇ ਆ ਗਿਆ ਅਤੇ ਉਹ ਜਿਹੜੀ ਪਾਈਪਲਾਈਨ ਸਾਰੀ ਪਾਈ ਜਾਣੀ ਆ, ਪਰੰਤੂ ਇਹ ਜਿਹੜੀ ਸਮੱਸਿਆ ਬਹੁਤ ਲੰਬੇ ਸਮੇਂ ਤੋਂ ਆ ਰਹੀ ਆ। ਹੁਣ ਪਤਾ ਨਹੀਂ ਉਹ ਐਸਟੀਮੇਟ ਜਿਹੜਾ ਬਣ ਕੇ ਆਇਆ ਉਹ ਕਦੋਂ ਲਾਗੂ ਹੋਊਗਾ ਜਾਂ ਕਦੋਂ, ਇਹ ਬਾਰੇ ਕੁਛ ਕਹਿ ਨਹੀਂ ਸਕਦੇ, ਪਰੰਤੂ ਇਹ ਸਮੱਸਿਆ ਜਿਹੜੀ ਹੈ ਬਣੀ ਰਹਿੰਦੀ ਹੈ ਪਾਣੀ ਦੀ ਤਕਰੀਬਨ। ਇਹ ਪਹਿਲੀ ਮੌਨਸੂਨ ਦੀ ਪਹਿਲੀ ਬਰਸਾਤ ਸੀ, ਇਸ ਤੋਂ ਬਾਅਦ ਤਾਂ ਬਰਸਾਤਾਂ ਹੁੰਦੀਆਂ ਰਹਿਣੀਆਂ, ਲੱਗਦਾ ਕਿ ਕਾਫੀ ਮੁਸ਼ਕਲ ਦਾ ਸਾਹਮਣਾ ਕਰਨਾ ਪੈਣਾ। ਮੁਸ਼ਕਲ ਦਾ ਸਾਹਮਣਾ ਤਾਂ ਹੁਣ ਕਰਨਾ ਹੀ ਪੈਣਾ ਜੀ। ਹੁਣ ਠੇਕੇਦਾਰ ਨਾਲ ਮੈਂ ਸੰਪਰਕ ਕੀਤਾ ਸੀਗਾ, ਠੇਕੇਦਾਰ ਨੇ ਕੋ ਕਿਹਾ ਵੀ ਜਿਹੜੀਆਂ ਸਾਰੀਆਂ ਗਲੀਆਂ ਦੇ ਵਿੱਚ ਪਾਣੀ ਭਰਿਆ ਹੋਇਆ, ਜਿਹੜੀਆਂ ਮੋਟਰਾਂ ਹੁੰਦੀਆਂ ਵੀ ਸੀਵਰੇਜ ਦੀਆਂ, ਲਾਈਟ ਨਹੀਂ ਹੈਗੀ ਅਤੇ ਮੋਟਰਾਂ ਬੰਦ ਪਈਆਂ। ਹੁਣ ਉਹਨੇ ਤਾਂ ਇੰਨੀ ਗੱਲ ਕਹਿ ਕੇ ਜੀ ਆਪਦਾ ਹੱਥ ਝਾੜਤਾ ਵੀ ਮੇਰੇ ਵਾਸਤੇ ਨਹੀਂ ਹੈਗਾ, ਵੀ ਮੋਟਰਾਂ ਨਹੀਂ ਚੱਲਦੀਆਂ, ਲਾਈਟ ਬੰਦ ਪਈ ਆ ਅਤੇ ਇੱਕ ਸੀਵਰੇਜ ਜਿਹੜਾ ਉਹ ਵੀ ਸਾਰਾ ਭਰਿਆ ਪਿਆ। ਅਕਸਰ ਪਾਣੀ ਤਾਂ ਸੀਵਰੇਜ 'ਚ ਹੀ ਜਾਣਾ ਨਾ, ਅਤੇ ਸੀਵਰੇਜ ਭਰਿਆ ਪਿਆ ਤਾਂ ਪਾਣੀ ਜਾਊਗਾ ਕਿੱਥੇ? ਅਸੀਂ ਤੁਹਾਨੂੰ ਦੱਸ ਰਹੇ ਹਾਂ ਵੀ ਅੱਜ ਤਾਂ ਬਾਰਿਸ਼ ਪਈ ਹੈ, ਇਸ ਤੋਂ ਪਹਿਲਾਂ ਵੀ ਜਿਹੜਾ ਪਾਣੀ ਹੈ ਉਹ ਸਾਰਾ ਵਾਪਸ ਆ ਜਾਂਦਾ ਸੀਵਰੇਜ ਦਾ ਵੀ। ਕੀ ਨਾਮ ਹੈ ਜੀ ਤੁਹਾਡਾ? ਮੇਰਾ ਨਾਮ ਜਗਸੀਰ ਸਿੰਘ ਆ ਜੀ। ਜਿਹੜਾ ਪਾਣੀ ਖੜ੍ਹਾ ਹੋਇਆ, ਕਦੋਂ ਦੀ ਇਹ ਸਮੱਸਿਆ ਆ ਰਹੀ ਆ ਔਰ ਗੱਲਬਾਤ ਹੋਈ ਵੀ ਹੱਲ ਕਦੋਂ ਕਰਾਇਆ ਜਾਊਗਾ ਇਹਦਾ? ਸਰ ਇਹ ਸਮੱਸਿਆ ਪਿਛਲੇ 15-16 ਸਾਲ ਤੋਂ ਅਸੀਂ ਵੇਖ ਰਹੇ ਹਾਂ, ਜਿਉਂ ਅੱਡਾ ਨਵਾਂ ਬਣਿਆ ਉਦੋਂ ਦੀ ਇਹ ਸਮੱਸਿਆ ਆ ਰਹੀ ਹੈ ਜੀ। ਇਹਦੇ 'ਤੇ ਬਹੁਤ ਹੀ ਖਬਰਾਂ ਲੱਗ ਚੁੱਕੀਆਂ, ਪਰ ਹਜੇ ਤੱਕ ਪ੍ਰਸ਼ਾਸਨ ਨੇ ਕੋਈ ਧਿਆਨ ਨਹੀਂ ਦਿੱਤਾ ਜੀ। ਜਦੋਂ ਬਰਸਾਤ ਹੁੰਦੀ ਆ
ਉਦੋਂ ਤਾਂ ਲੋਕਾਂ ਦਾ ਜਮ੍ਹਾਂ ਹੀ ਮੁਸ਼ਕਿਲ ਹੋ ਜਾਂਦਾ ਜੀ, ਜਿਵੇਂ ਯਾਤਰੀ ਆਉਂਦੇ ਆ ਕਈਆਂ ਨੂੰ ਕਾਹਲ ਹੁੰਦੀ ਆ, ਉਤਰਨ ਦੀ ਪਿੱਛੇ ਛਾਲ ਮਾਰਦੇ ਆ, ਡਿੱਗਣ ਦਾ ਡਰ ਰਹਿੰਦਾ, ਖਤਰਾ ਬਣਿਆ ਰਹਿੰਦਾ ਕਿ ਪਬਲਿਕ ਨੂੰ ਐਂ ਹੁੰਦਾ ਯਾਰ ਪਾਣੀ ਵਿੱਚ ਡੱਬਾਂਗੇ ਅਸੀਂ ਪਿੱਛੇ ਛਾਲ ਮਾਰ ਜੀ, ਜਿਵੇਂ ਤੁਸੀਂ ਦੇਖ ਹੀ ਰਹੇ ਹਾਂ ਇਹਦੇ ਵਿੱਚ ਕਾਰਾਂ ਡੱਬ ਰਹੀਆਂ, ਕੋਈ ਇਸ ਤਰ੍ਹਾਂ ਦਾ ਹਾਦਸਾ ਹੋ ਗਿਆ ਉਹਦਾ ਮੁੜ ਕੇ ਬੱਸਾਂ ਵਾਲਿਆਂ ਨੂੰ ਹਰਜਾਨਾ ਭਰਨਾ ਪੈਂਦਾ, ਪਬਲਿਕ ਨੂੰ ਨੁਕਸਾਨ ਪਹੁੰਚਦਾ, ਇਹਦੇ ਕਰਕੇ ਪ੍ਰਸ਼ਾਸਨ ਇਹਦੇ ਵੱਲ ਧਿਆਨ ਜ਼ਰੂਰ ਦੇਵੇ ਜੀ। ਲੱਗਦਾ ਕਿ ਕਈ ਵਾਰੀ ਐਕਸੀਡੈਂਟ ਵੀ ਹੋ ਚੁੱਕਿਆ, ਜਿਵੇਂ ਕਟਰਾਲਾ ਪਲਟ ਗਿਆ ਸੀਗਾ, ਰਕਸ਼ੇ ਵੀ ਕਈ ਵਾਰੀ ਪਲਟੇ ਹੈਗੇ ਆ, ਬਹੁਤ ਵੱਡੇ ਹਾਦਸੇ ਹੁੰਦੇ ਜੀ ਇੱਥੇ, ਅਸੀਂ ਆਪ ਰੋਜ਼ ਵੇਹਣੇ ਹਾਂ ਜੀ ਬੱਸਾਂ, ਇਹ ਜਦੋਂ ਬੱਸਾਂ ਚੜ੍ਹਦੀਆਂ ਰੋਡ 'ਤੇ ਅੱਡਾ ਨੀਵਾਂ ਜੀ, ਸੜਕ ਉੱਚੀ ਆ ਜੀ, ਬੱਸਾਂ ਜ਼ੋਰ ਸਪੀਡ ਨਾਲ ਚੜ੍ਹਾਉਂਦੇ, ਡਰਾਈਵਰ ਕੈਂਟਰ ਮੂਹਰੇ ਕੋਈ ਨਾ ਕੋਈ ਆਉਣ ਜਾਣ ਵਾਲੇ ਰੋਕਦੇ ਨਹੀਂ ਗੇ, ਹਾਦਸੇ ਹੋ ਜਾਂਦੇ ਆਮ ਹੀ ਰੋਜ਼ ਵਾਂਗੂ, ਇੱਕ ਅੱਧਾ ਹਾਦਸਾ ਹੁੰਦਾ ਜੀ ਇੱਥੇ।